ਫਾਜ਼ਿਲਕਾ ਪੁਲਿਸ ਵੱਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਸਮੇਤ ਵੱਖ ਵੱਖ ਥਾਵਾਂ ਤੇ ਚੈਕਿੰਗ ਅਭਿਆਨ ਚਲਾਇਆ ਗਿਆ। ਭਾਰੀ ਗਿਣਤੀ ਚ ਪੁਲਿਸ ਕਰਮੀਆਂ ਨੇ ਰੇਲਵੇ ਸਟੇਸ਼ਨ ਦੇ ਚੱਪੇ ਚੱਪੇ ਦੀ ਚੈਕਿੰਗ ਕੀਤੀ ਅਤੇ ਯਾਤਰੀਆਂ ਦੇ ਪਹਿਚਾਣ ਪੱਤਰ ਵੀ ਦੇਖੇ ਗਏ। ਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਰੂਟੀਨ ਚੈਕਿੰਗ ਕੀਤੀ ਗਈ ਹੈ। ਰੂਟੀਨ ਚੈਕਿੰਗ ਹੈਗੀ ਹੈ, ਇਹਦੇ ਵਿੱਚ ਬੱਸ ਸਟੈਂਡ ਵੀ ਚੈੱਕ ਕਰਾਂਗੇ ਅਸੀਂ, ਹੋਟਲਸ, ਬਾਕੀ ਮਾਲਸ ਜਿਹੜੇ ਹੈਗੇ ਆ, ਧਰਮਸ਼ਾਲਾ ਤੇ ਪਬਲਿਕ ਪਲੇਸਿਸ ਜਿਹੜੀਆਂ ਵੈਸੇ ਵੀ ਪਾਰਕ ਹੈ, ਉਹ ਵੀ ਆਲਰੇਡੀ ਚੈੱਕ ਕਰਾਂਗੇ ਅੱਜ। ਜ਼ਿਕਰਯੋਗ ਹੈ ਕਿ ਪੁਲਿਸ ਅਧਿਕਾਰੀਆਂ ਵੱਲੋਂ ਰੇਲਵੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਟ੍ਰੇਨਾਂ ਰਾਹੀਂ ਆਉਣ ਵਾਲੇ ਪਾਰਸਲਾਂ ਤੇ ਸਾਰੇ ਦਸਤਾਵੇਜ਼ਾਂ ਦਾ ਪੂਰਾ ਰਿਕਾਰਡ ਆਪਣੇ ਕੋਲ ਰੱਖਿਆ ਜਾਵੇ ਤੇ ਕੋਈ ਸ਼ੱਕੀ ਚੀਜ਼ ਮਿਲਣ ਤੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ। ਫਾਜ਼ਿਲਕਾ ਤੋਂ ਸੁਨੀਲ ਨਾਗਪਾਲ, ਜਗਬਾਣੀ ਟੀਵੀ।